ਵੀਰੇ ਦੀ ਨਹੀਂ ਤਨਖਾਹ ਹੈਗੀ ਐ 6000 ਤਾਂ ਸਿਰਫ ਜੂਸ ਜੂਸ ਦਾ ਬਣ ਜਾਣਾ ਕਰਨਾ ਇਹਨੇ ਤਾਂ ਲੈਦੇ ਜਵਾਕ ਜੰਮਣੇ ਐ ਇਹੋ ਜਿਹਾ ਦੁੱਧ ਪਲਾਵਾਂਗੀ ਨਾ ਮੁੜ ਕੇ ਦੁੱਧ ਨਹੀਂ ਮੰਗਦਾ ਲੱਗੀ ਮੇਰੇ ਤੋਂ ਆ ਮੈਨੂੰ ਕੁੜੀ ਨੇ ਟਿਕਣ ਨਹੀਂ ਦਿੱਤਾ ਜ਼ਬਰਦਸਤੀ ਲੈ ਗਈ ਮੇਰੇ ਨਾਲ ਚੱਲ ਮਾਂ ਮੇਰੇ ਨਾਲ ਚੱਲ ਮੈਨੂੰ ਤਾਂ ਜਾਣਾ ਪੈ ਗਿਆ ਸਤਿ ਸ਼੍ਰੀ ਅਕਾਲ ਬੜੀ ਦੇਰ ਬਾਅਦ ਫੋਨ ਕਰਿਆ ਕੁੜੇ ਹਾਂ ਹਾਂ ਠੀਕ ਠਾਕ ਸਭ ਤੁਸੀਂ ਸੁਣਾਓ ਕੀ ਹਾਲ ਚਾਲ ਹੈ ਬਸ ਵਧੀਆ ਜਿਹੜਾ ਟਾਈਮ ਲੰਘੀ ਜਾਂਦਾ ਮੇਰੇ ਹਾਂ ਮੇਰੀ ਭੈਣ ਦੇ ਮੇਰੀ ਭੈਣ ਦਾ ਭੈਣੇ ਪਰਮਾਤਮਾ ਦੀ ਬਹੁਤ ਕਿਰਪਾ ਹੋ ਗਈ ਉਹਦੇ ਘਰ ਤਾਂ ਖੁਸ਼ੀਆਂ ਆ ਗਈਆਂ ਮੇਰੀ ਭੈਣ ਘਰ ਤਾਂ ਪੋਤਾ ਹੋਇਆ ਉਹ ਹੋ ਗਿਆ ਮੈਨੂੰ ਲੱਗਦਾ 21-22 ਦਿਨ ਦਾ ਹਾਂ 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 ਚਲੋ ਠੀਕ ਹੈ ਭੈਣੇ ਨਾ ਸ਼ੀਲਾ ਤਾਂ ਉਹਨੇ ਆਪਣੇ ਕੋਲ ਹੀ ਕਰਾਇਆ ਮੇਰੀ ਭੈਣ ਨੇ ਨਹੀਂ ਆਪਣੀ ਨੂੰਹ ਜਾਣ ਦਿੱਤੀ ਹੈਗੀ ਪੇਕੇ ਉਹਨੇ ਤਾਂ ਭੈਣੇ ਆਪਣੇ ਕੋਲ ਹੀ ਰੱਖੀ ਹੈ ਨਾਲੇ ਸੇਵਾ ਵੀ ਬਹੁਤ ਕਰੀ ਉਹਨੇ ਆਪਣੀ ਨੂੰਹ ਦੀ ਫਿਰ ਦੁੱਧ ਬਾਅਦ ਘਰ ਦਾ ਤੀ ਹੈਂ ਨਾਲੇ ਕੰਮ ਕਰਨ ਨੂੰ ਬਥੇਰੀ ਤਕੜੀ ਹੈ ਮੇਰੀ ਭੈਣ ਕੰਮ ਬਹੁਤ ਕਰਦੀ ਹੈ ਫੁੱਲਾਂ ਵਾਂਗੂ ਰੱਖੀ ਹੈ ਦੇਖ ਲੈ ਨੂੰਹ ਪੇਕੇ ਯਾਦ ਨਹੀਂ ਆਉਣ ਦਿੱਤੇ ਮੇਰੀ ਭੈਣ ਨੇ ਤਾਂ ਇੰਨੀ ਸੇਵਾ ਕਰੀ ਹੈ ਕੱਲ੍ਹ ਨੂੰ ਜੇ ਕੁਛ ਮਰਜ਼ੀ ਕਹੀ ਜਾਵੇ ਨੂੰ ਬਹੁਤ ਸੇਵਾ ਕਰੀ ਹੈ ਹਾਂ ਸਾਡੀ ਹਾਂ ਸਾਡੀ ਵੀ ਬਹੂ ਦੇ ਬਸ ਰਹਿ ਗਏ 3 ਕੁ ਮਹੀਨੇ ਰਹਿ ਗਏ ਮੈਂ ਤਾਂ ਆਪ ਭੈਣੇ ਆਪਣੀ ਨੂੰਹ ਨੂੰ ਜਾਣ ਨਹੀਂ ਦਿੰਦੀ ਪੇਕੇ ਮੈਂ ਤਾਂ ਇਹਨੂੰ ਆਪਣੇ ਘਰ ਹੀ ਰੱਖੂੰਗੀ ਆਪੇ ਕਰੂੰਗੀ ਸੇਵਾ ਸਾਰੀ ਇਹਦੀ ਹਾਂ ਇਹੋ ਜਿਹੇ ਟਾਈਮ 'ਚ ਭੈਣੇ ਆਪਣੀਆਂ ਦੀ ਜ਼ਰੂਰਤ ਹੁੰਦੀ ਹੈ ਹੋਰ ਨਾ ਨਾ ਕਿਹਦੇ ਨਾਲ ਗੱਲ ਲੱਗੀ ਹੋਈ ਹੈ ਇੱਥੇ ਹੀ ਰੱਖੂੰਗੀ ਆਪਣੇ ਕੋਲ ਚੱਲ ਚੰਗਾ ਫਿਰ ਕਰ ਲਾਂਗੇ ਦੁਬਾਰੇ ਦੇਖੀ ਹੁਣ ਉਹ ਮੁੰਡਾ ਰ ਬਹੂ ਆਉਣ ਵਾਲੇ ਹੋ ਗਏ ਸਵੇਰ ਦੇ ਗਏ ਹੋਏ ਨੇ ਵਿਚਾਰੇ ਨਬੂ ਤੂੰ ਆ ਗਈ ਹਾਂਜੀ ਮੰਮੀ ਤੂੰ ਐਂ ਕਰ ਪੁੱਤ ਤੇਰੀ ਭਾਬੀ ਆ ਤੇਰੀ ਵੀਰੇ ਵਾਸਤੇ ਚਾਹ ਬਣਾ ਕੇ ਰੱਖ ਦੇ ਵਿਚਾਰੇ ਕਿਹੜੇ ਟਾਈਮ ਦੇ ਗਏ ਬਣੇ ਭੁੱਖੇ ਆਉਣਗੇ ਮੰਮੀ ਕਿਹੋ ਜਿਹੀ ਗੱਲਾਂ ਕਰ ਰਹੇ ਹੋ ਤੁਸੀਂ ਲੈ ਕਹੀਆਂ ਜਾਂ ਗੱਲਾਂ ਕਰਦੀ ਆ ਮੈਂ ਮੰਮੀ ਭਾਬੀ ਨੂੰ ਨਾ ਤੇ ਪੇਕੇ ਭੇਜ ਦੇ ਦੇਖ ਲੈ ਮੇਰੇ ਤੋਂ ਕੰਮ ਨਹੀਂ ਹੋਣਾ ਇੱਥੇ ਨਾਲੇ ਤੂੰ ਐਂ ਸੋਚ ਨਬੂ ਜੇ ਆਪਾਂ ਬਹੂ ਨੂੰ ਤੇ ਪੇਕੇ ਭੇਜਾਂਗੇ ਉਹਦੇ ਪੇਕੇ ਵਾਲੇ ਕੀ ਕਹਿਣਗੇ ਵੀ ਪਤਾ ਨਹੀਂ ਖਰਚ ਕਰਨ ਦੇ ਮਾਰੇ ਭੇਜਦੀ ਆ ਇੱਥੇ ਹੈਂ ਆਪਣੇ ਘਰੇ ਕੁਛ ਹੈ ਨਹੀਂ ਆਪਾਂ ਤਾਂ ਆਪਣੀ ਬਹੂ ਨੂੰ ਇੱਥੇ ਰੱਖਾਂਗੇ ਕਰਾਂਗੇ ਜਿਹੜਾ ਖਰਚ ਹੋਊਗਾ ਉਹ ਵੀ ਕਰਾਂਗੇ ਉਹਦੀ ਸੇਵਾ ਵੀ ਕਰਾਂਗੇ ਨਾਲੇ ਘਰ ਦੇ ਵਿੱਚ ਹਸਪਤਾਲ ਵਾਲਾ ਮਾਹੌਲ ਬਣ ਜਾਏਗਾ ਉੱਪਰ ਤੋਂ ਸਮੈਲ ਆਈ ਜਾਣੀ ਕਰਨੀ ਆ ਦੇਖ ਲੈ ਕਈਆਂ ਜਿਹੀਆਂ ਗੱਲਾਂ ਕਰਦੀ ਹੈ ਮਸਾਂ ਤਾਂ ਸਾਡੇ ਪਰਮਾਤਮਾ ਨੇ ਸੁਣੀਆਂ ਸਾਡੇ ਘਰ 'ਚ ਰੌਣਕ ਹੋਊਗੀ ਹੈਂ ਤੂੰ ਕਹੀਆਂ ਜਿਹੀਆਂ ਗੱਲਾਂ ਕਰਦੀ ਹੈ ਕੰਮ ਕਰਨ ਦੀ ਮਾਰੀ ਦੇਖ ਲੈ ਤੁਸੀਂ ਮੇਰੀ ਕਹਿਣ ਦਾ ਮਤਲਬ ਨਹੀਂ ਸਮਝੇ ਹੈਗੇ ਦੇਖੋ ਮੰਮੀ ਭਾਬੀ ਇੱਥੇ ਰਹੇਗੀ ਨਾ ਤਾਂ ਉੱਪਰ ਤੋਂ ਪੱਖਾ ਨਹੀਂ ਚਲਾਉਣ ਦੇਣਾ ਇੰਨੇ ਮੱਛਰ ਹੋ ਜਾਣੇ ਨੇ ਆਪਣੇ ਘਰ ਦੇ ਵਿੱਚ ਮੇਰੀ ਪੜ੍ਹਾਈ ਤੇ ਅਸਰ ਪਏਗਾ ਸਿੱਧਾ ਮੰਮੀ ਇਹਦਾ ਕੁਛ ਨਹੀਂ ਹੁੰਦਾ ਪੁੱਤ ਦੁੱਖ ਸੁੱਖ ਆਪਣੇ ਘਰ 'ਚ ਇਕੱਠੇ ਦਾ ਹੁੰਦਾ ਨਾਲੇ ਕਿਹੜਾ ਕੋਈ ਬਗਾਨੇ ਆ ਤੇਰੀ ਸਕੀ ਭਰਜਾਈ ਹੈ ਜਦ ਸਾਡੇ ਭਤੀਜੇ ਭਤੀਜੀਆਂ ਨੇ ਹੋਣਾ ਹੁੰਦਾ ਸੀ ਸਾਨੂੰ ਤਾਂ ਇੰਨਾ ਚਾਅ ਚੜਿਆ ਰਹਿੰਦਾ ਸੀ ਵੀ ਸਾਡੇ ਘਰ 'ਚ ਰੌਣਕ ਲੱਗੂਗੀ ਤੂੰ ਪਤਾ ਨਹੀਂ ਕਹੀ ਜਾਂ ਗੱਲਾਂ ਕਰਦੀ ਹੈ ਮੰਮੀ ਭਾਬੀ ਇੱਥੇ ਹੋਏਗੀ ਨਾ ਜਿਹੋ ਜਿਹਾ ਖਾਣਾ ਉਹਨੂੰ ਦੇਵਾਂਗੇ ਉਹੋ ਜਿਹਾ ਖੁਦ ਖਾਣਾ ਪਊ ਉਹ ਕੋਈ ਨਾ ਪੁੱਤ 20 ਦਿਨ ਦੀ ਗੱਲ ਹੈ ਹੈ ਇਹ ਕਿੰਨੀ ਕੁ ਦੇਰ ਦੀ ਗੱਲ ਹੈ ਕੋਈ ਲੰਬਾ ਨਹੀਂ ਕਰਦਾ ਇਹ ਕੰਮ ਮੰਮੀ ਮੈਤੂ ਨਹੀਂ ਹੁੰਦਾ ਇੰਨਾ ਕੰਮ ਕੁੰਮ ਤੂੰ ਤਾਂ ਕੰਮ ਚੋਰ ਆ ਨਵੋ ਬਸ ਨਹੀਂ ਲੱਗ ਗਿਆ ਪਤਾ ਅੱਛਾ ਤੈਨੂੰ ਤਾਂ ਕਿਸੇ ਗੱਲ ਦਾ ਚਾਹੋ ਹੈ ਉਹ ਨਹੀਂ ਜਮਾਈ ਹੋਰੇ ਪੜ੍ਹਤੀਆਂ ਲੱਗ ਗਈ ਪੜ੍ਹਨ ਦੱਸ ਚੱਲ ਜਾ ਖੜੀ ਹੋ ਚਾਹ ਕਰਕੇ ਰੱਖੋ ਨਾ ਬਸ ਜਵਾਕ ਭੁੱਖੇ ਆਉਣਗੇ ਹੋ ਜਾ ਖੜੀ ਦੱਸ ਕਿਹੋ ਜਿਹਾ ਟਾਈਮ ਆ ਗਿਆ ਕਿਹੋ ਜਿਹਾ ਸੁਭਾਅ ਚੰਦਰ ਹੈ ਇਹ ਬਗਾਨੇ ਘਰੇ ਜਾ ਕੇ ਕੀ ਕਰੂਗੀ ਕੁੜੀ ਸੱਸ ਤੋਂ ਗਾਲਾਂ ਖਾਇਆ ਕਰੂਗੀ ਨਾਲੇ ਮੈਨੂੰ ਕਹਾਇਆ ਕਰੂਗੀ ਦੱਸ ਮੰਮੀ ਤੇ ਸਮਝਦੀ ਨਹੀਂ ਹੈਗੀ ਸਾਰਾ ਸਿਆਪਾ ਮੇਰੀ ਜਾਨ ਨੂੰ ਪਾ ਦੇਣਾ ਮੰਮੀ ਨੂੰ ਕੀ ਲੈਣਾ ਸਾਰਾ ਕੰਮ ਤਾਂ ਮੈਨੂੰ ਕਰਨਾ ਪੈਣਾ ਮੰਮੀ ਨੂੰ ਤਾਂ ਮੈਂ ਕੁਛ ਕਹਿ ਵੀ ਨਹੀਂ ਸਕਦੀ ਹੈਗੀ ਸਮਝਦੀ ਨਹੀਂ ਪੇਕੇ ਤੋਰਦੇ ਉਹਨੂੰ ਆਪ ਤਾਂ ਮਹਾਰਾਣੀ ਬਣ ਕੇ ਬੈਠੀ ਰਹੂਗੀ ਸਾਰਾ ਕੰਮ ਉਹਨੇ ਮੈਤੂ ਕਰਾਉਣਾ ਮੰਮੀ ਆ ਗਏ ਪੁੱਤ ਹਾਂ ਮੰਮੀ ਆ ਗਏ ਬਹੁਤ ਲੇਟ ਹੋ ਗਏ ਮੈਂ ਤਾਂ ਕਦੋਂ ਦੀ ਡਿੱਕੀ ਜਾਨੀ ਆ ਤੁਸੀਂ ਤਾਂ ਕੁਝ ਖਾ ਪੀ ਕੇ ਵੀ ਨਹੀਂ ਗਏ ਹੈਗੇ ਦੱਸ ਉਹ ਮੰਮੀ ਉੱਤੇ ਪੀੜੇ ਬਹੁਤ ਸੀ ਅੱਛਾ ਚੱਲ ਕੋਈ ਨਾ ਕੰਮ ਬਣ ਗਿਆ ਹਾਂ ਠੀਕ ਹੈ ਟੈਸਟ ਤਾਂ ਹੋ ਗਏ ਪੁੱਤ ਕੀ ਕਹਿੰਦਾ ਡਾਕਟਰ ਡਾਕਟਰ ਕਹਿੰਦਾ ਬਾਕੀ ਸਭ ਕੁਝ ਠੀਕ ਹੈ ਖੂਨ ਘੱਟ ਹੈ ਅੱਛਾ ਤਾਂ ਹੀ ਤਾਂ ਮੂੰਹ ਪੀੜਾ ਜਿਹਾ ਹੋਇਆ ਪਿਆ ਹੋਰ ਖੂਨ ਦੀ ਕਮੀ ਹੈ ਡਾਕਟਰ ਕਹਿੰਦਾ ਵੀ ਅਨਾਰ ਨੂਰ ਖਵਾਓ ਗਾਜਰਾ ਗੁਜਰਾ ਖਵਾਓ ਖੂਨ ਪੂਰਾ ਕਰੋ ਬਾਕੀ ਠੀਕ ਹੈ ਸਭ ਕੁਝ ਚੱਲ ਠੀਕ ਹੈ ਤੂੰ ਐਂ ਕਰੀ ਹੁਣ ਜਾਏਗਾ ਨਾ ਬਾਜ਼ਾਰ ਅਨਾਰ ਲਿਆਈ ਖਾਸੇ ਸਾਰੇ ਅੱਛਾ ਮੈਂ ਇਦਾਂ ਕਰੂੰਗਾ ਅਨਾਰਾਂ ਦੀ ਪੇਟੀ ਚੱਕ ਲਿਆਉਂਗਾ ਘਰੇ ਹਾਂ ਹਾਂ ਪੁੱਤ ਠੀਕ ਹੈ ਘਰ ਦੀ ਚੀਜ਼ ਤਾਂ ਨਾਲੇ ਵਧੀਆ ਹੁੰਦੀ ਹੈ ਪਿਓਰ ਹੋਊਗੀ ਕੀ ਗੱਲ ਅਨਾਰ ਅਨਾਰ ਤਾਂ ਬੜੇ ਮਹਿੰਗੇ ਹੁੰਦੇ ਨੇ ਤੈਨੂੰ ਕੀ ਫਿਕਰ ਹੈ
ਲਿਆਉਣੇ ਤਾਂ ਮੈਂ ਨੇ, ਤੂੰ ਉਹਨਾਂ ਨੇ ਚੱਲਣੀ ਐ? ਨਾ ਨਾ ਵੀਰੇ, ਮੈਂ ਤਾਂ ਬਸ ਆਹੀ ਗੱਲ ਕਰ ਰਹੀ ਸੀ ਵੀ ਬਹੁਤ ਮਹਿੰਗੇ ਹੁੰਦੇ ਆ ਉਹ ਤਾਂ। ਪੁੱਤ ਤੇਰੀ ਭਾਬੀ ਚ ਖੂਨ ਦੀ ਕਮੀ ਐ, ਇਹਨੂੰ ਜ਼ਰੂਰੀ ਐ ਹੁਣ ਜੂਸ ਪਿਲਾਉਣਾ ਅਨਾਰ ਦਾ। ਸਹੀ ਕਹਿੰਦੀ ਐ ਜੀ, ਇਹ ਖੂਨ ਤਾਂ ਖੁਰਾਕ ਨਾਲ ਹੀ ਪੂਰਾ ਹੋ ਜਾਣਾ, ਅਨਾਰ ਬਹੁਤ ਮਹਿੰਗੇ ਆ, ਡਾਕਟਰ ਤਾਂ ਐਵੇਂ ਕਹਿੰਦੇ ਰਹਿੰਦੇ ਆ। ਚੱਲ ਕੋਈ ਨਹੀਂ, ਡਾਕਟਰ ਕੋ ਸੋਚ ਕੇ ਕਹਿੰਦੇ ਨੇ, ਤੁਸੀਂ ਫਿਕਰ ਨਾ ਕਰੋ, ਅਨਾਰ ਕੋਈ ਨਹੀਂ ਮੰਡੀ ਚੋਂ ਇਕੱਠੇ ਚੱਕ ਲਿਆਵਾਂਗੇ। ਠੀਕ ਐ ਮੰਮੀ? ਹਾਂ ਹਾਂ ਪੁੱਤ, ਤੂੰ ਲਿਆਈ। ਹਾਂ ਚਲੋ ਠੀਕ ਐ ਠੀਕ ਐ। ਤੁਸੀਂ ਪੁੱਤ ਥੱਕ ਗਏ ਹੋਣੇ ਸਵੇਰ ਦੇ ਗਏ ਹੋ, ਤੁਸੀਂ ਆਰਾਮ ਕਰੋ ਜਾ ਕੇ, ਮੈਂ ਤੁਹਾਡੇ ਵਾਸਤੇ ਚਾਹ ਲਿਆਉਣੀ ਆ ਬਣਾ ਕੇ। ਚਲੋ ਠੀਕ ਐ ਮੰਮੀ। ਸਾਰਾ ਦਿਨ ਲੰਘ ਗਿਆ, ਦੱਸ ਤੁਹਾਨੂੰ ਤਾਂ ਭੁੱਖਣ ਭਾਣਿਆਂ ਨੂੰ। ਲੈ ਕੱਪੜੇ ਤਾਂ ਸੁੱਕ ਗਏ ਸਾਰੇ, ਤਹਿ ਮਾਰਦਾ। ਮੰਮੀ। ਹਾਂ ਪੁੱਤ। ਸੁਣਿਆ ਤੁਸੀਂ, ਅਨਾਰ 200 ਰੁਪਏ ਕਿਲੋ ਨੇ ਅਨਾਰ ਮੰਮੀ, ਤਿੰਨ ਅਨਾਰਾਂ ਦਾ ਇੱਕ ਗਲਾਸ ਬਣਦਾ। ਤੂੰ ਤਾਂ ਬਸ ਇੱਕੋ ਗੱਲ ਤੇ ਅੜ ਕੇ ਖੜ ਗਈ, ਮੈਂ ਤਾਂ ਤੈਨੂੰ ਐ ਪੁੱਛਦੀ ਆ ਨਾ, ਉਹ ਇਹੀ ਜਿਹੀਆਂ ਗੱਲਾਂ ਨਹੀਂ ਕਰਦੇ ਹੁੰਦੇ ਪੁੱਤ, ਕਾਹਤੋਂ ਕਰਦੇ ਆ ਜੇ ਕੰਮ ਤੋਂ। ਮੰਮੀ ਤੁਸੀਂ ਮੇਰੀ ਗੱਲ ਸਮਝਦੇ ਨਹੀਂ ਪਏ ਹੈਗੇ। ਹਾਂ ਵੀਰੇ ਦੀ ਨੀ, ਤੈਨੂੰ ਕਹਾ ਹੈਗੀ ਐ 6000 ਤਾਂ ਸਿਰਫ ਜੂਸ ਜੂਸ ਦਾ ਬਣ ਜਾਣਾ ਕਰਨਾ। ਤੂੰ ਮੇਰੀ ਗੱਲ ਸੁਣ, ਤੇਰਾ ਭਾਈ ਨੌਕਰੀ ਤੇ ਲੱਗਿਆ ਵਾ ਹੈਂ, ਉਹਦੇ ਘਰ ਵਾਲੀ ਨੂੰ ਉਹਨੇ ਜੂਸ ਲਿਆ ਕੇ ਦੇਣਾ, ਤੇਰਾ ਤਾਂ ਪੱਲਿਓਂ ਕੁਛ ਨਹੀਂ ਖਰਚਾ ਜਾਂਦਾ, ਤੂੰ ਕਾਹਤੋਂ ਇੱਕਣ ਕਰਦੀ ਐ। ਮੰਮੀ ਮੈਂ ਆਹ ਗੱਲ ਨਹੀਂ ਕਰ ਰਹੀ ਹੈਗੀ। ਮੰਮੀ ਦੇਖ, ਉਹਦੇ ਪੇਕਿਆਂ ਦੇ ਘਰ ਸਾਰਾ ਕੁਛ ਹੈਗਾ, ਦਾਲ ਰੋਟੀ ਉਹਨਾਂ ਦੇ ਘਰ ਦੀ, ਫਰੂਟ ਫਰਾਟ ਉਹਨਾਂ ਦੇ ਲੱਗਾ ਹੋਇਆ, ਆਪਾਂ ਨੂੰ ਬਹੁਤ ਖਰਚਾ ਪੈ ਜਾਣਾ। ਮੰਮੀ ਨਹੀਂ ਪੁੱਤ, ਮਸਾਂ ਤਾਂ ਆਪਣੇ ਵਾਹਿਗੁਰੂ ਦੀ ਕਿਰਪਾ ਹੋਈ, ਆਪਣੇ ਘਰ 'ਚ ਰੌਣਕ ਆਊਗੀ ਹੈਂ। ਮੈਂ ਤਾਂ ਕਹਿੰਦੀ ਤੀ ਆਪਾਂ ਤੇਰੀ ਭਾਬੀ ਨੂੰ ਘਰੇ ਇੱਥੇ ਰੱਖ ਲਿਆ, ਆਪਾਂ ਰਲ ਮਿਲ ਕੇ ਕਰ ਲੈਂਦੇ ਹਾਂ ਕੰਮ। ਪਰ ਨਵੂ ਗੱਲ ਤੇਰੀ ਇਹ ਵੀ ਠੀਕ ਹੈ, ਹੱਦ ਤਾਂ ਇਹਦੇ 'ਚ ਕੋਈ ਨਹੀਂ ਹੈਗਾ, ਉਵੇਂ ਨਾਲੇ ਪੁਰਾਣੀ ਰੀਤ ਹੈ ਇਹ, ਪੇਕੇ ਹੁੰਦਾ ਹੁੰਦਾ ਪਹਿਲਾਂ ਜਵਾਕ। ਹਾਂਜੀ ਮਾਂ। ਚੱਲ ਮੈਂ ਕਹਿ ਕੇ ਦੇਖਦੀ ਹਾਂ, ਪਰ ਮੇਰੀ ਗੱਲ ਸੁਣ ਲੈ ਤੂੰ, ਤੂੰ ਨਾ ਕੋਈ ਗੱਲ ਕਰੀ, ਮੈਂ ਆਪੇ ਗੱਲ ਕਰੂੰਗੀ ਤੇਰੇ ਵੀਰੇ ਨਾਲ। ਠੀਕ ਹੈ ਮੰਮੀ, ਜਿੱਦਾਂ ਕਰਨਾ ਤੁਸੀਂ ਕਰ ਲਓ। ਕਹਿੰਦੇ ਆ ਫਿਰ ਆਪਾਂ ਉਹਨੂੰ, ਜਾ ਆਊਗੀ ਪੇਕੇ ਵਗ ਜੂਗੀ ਫਿਰ। ਲੈ ਕੱਪੜੇ ਰੱਖ ਦੇ ਸਾਂਭ ਕੇ, ਬੋਲੀ ਨਾ ਬਹੁਤਾ ਤੂੰ। ਨਰਿੰਦਰ ਅਖਬਾਰ ਪੜ੍ਹਦਾ ਪੁੱਤ? ਹਾਂ ਬਸ ਵਿਹਲਾ ਸੀ, ਮੈਂ ਤਾਂ ਪੜ੍ਹਦੀ ਖਬਰਾਂ। ਦੇਖੀ ਮੈਂ ਤਾਂ ਤੈਨੂੰ ਐਂ ਕਹਿੰਦੀ ਸੀ ਪੁੱਤ, ਤੂੰ ਮੇਰੀ ਗੱਲ ਤਾਂ ਗੁੱਸਾ ਨਾ ਕਰੀ, ਮਖਾਂ ਜੇ ਆਪਾਂ ਜੀਤ ਨੂੰ ਉਹਦੇ ਪੇਕੇ ਭੇਜ ਦਈਏ, ਨਾਲੇ ਪੁੱਤ ਇਹ ਰੀਤੀ ਰਿਵਾਜ ਆ ਪੁਰਾਣਾ, ਪਹਿਲਾ ਬੱਚਾ ਪੇਕਿਆਂ ਦਾ ਹੀ ਹੁੰਦਾ ਹੁੰਦਾ। ਮੰਮੀ ਤੁਹਾਡੀ ਗੱਲ ਬਿਲਕੁਲ ਠੀਕ ਹੈ, ਪਰ ਇੱਥੇ ਰਹਿਣ 'ਚ ਕੀ ਤਕਲੀਫ ਹੈ? ਨਹੀਂ ਨਹੀਂ ਪੁੱਤ, ਉਹ ਗੱਲ ਨਹੀਂ ਹੈਗੀ, ਨਾਲੇ ਤਾਂ ਦੇਖੀ ਇਹਦੀਆਂ ਦੋ ਭੈਣਾਂ ਨੇ, ਨਾਲੇ ਦੋ ਭਰਜਾਈਆਂ ਨੇ, ਪੁੱਤ ਉਹ ਆਪਣੇ ਨਾਲੋਂ ਜ਼ਿਆਦਾ ਮੈਂਬਰ ਨੇ, ਇਹਦੀ ਸਾਂਭ ਸੰਭਾਲ ਕਰ ਲੈਣਗੇ, ਨਾਲੇ ਜੀਤ ਦਾ ਮਨ ਲੱਗਿਆ ਰਹੂ। ਓਹੋ ਮੰਮੀ ਮੇਰੀ ਸੁਣੋ ਗੱਲ, ਉਹ ਕੀ ਸੋਚਣਗੇ ਉਹ ਵੀ ਸਾਡੇ ਕੋਲ ਹੈ ਨਹੀਂ ਕੁਛ, ਵੀ ਖਰਚਾ ਕਰਨ ਦੇ ਮਾਰਿਆਂ ਨੇ ਸਾਡੀ ਕੁੜੀ ਇੱਥੇ ਛੱਡਤੀ। ਨਹੀਂ ਪੁੱਤ, ਖਰਚਾ ਨਹੀਂ ਆਪਾਂ ਉਹਨਾਂ ਨੂੰ ਕਰ ਦਿੰਦੇ, ਖਰਚਾ ਤਾਂ ਸਾਰਾ ਆਪਾਂ ਕਰਾਂਗੇ, ਪਰ ਐਂ ਹੈ ਧੀ ਭੈਣ ਦਾ ਪੁੱਤ ਆਪਣੇ ਘਰ 'ਚ ਨਾਲ ਤਾਂ ਮਨ ਲੱਗ ਜਾਂਦਾ, ਖੁਸ਼ ਰਹੂਗੀ ਇਹ ਆਪਣੀਆਂ ਭੈਣਾਂ 'ਚ, ਆਪਣੀ ਮਾਰ ਭਰਜਾਈਆਂ ਕੋਲ। ਮੈਂ ਤਾਂ ਤੈਨੂੰ ਐਂ ਕਹਿੰਦੀ ਹਾਂ, ਆਪਾਂ ਪੁੱਤ ਇਹਨੂੰ ਉੱਥੇ ਤੋੜ ਦਿੰਦੇ ਹਾਂ। ਮੰਮੀ ਮੇਰਾ ਤਾਂ ਨਹੀਂ ਮਨ ਮੰਨਦਾ, ਠੀਕ ਹੈ ਨਾ, ਮੇਰੀ ਸੁਣੋ ਗੱਲ, ਮਾਸੀ ਮਾਸੀ ਦੀ ਹੁੰਦਾ ਸ਼ੀਲਾ, ਉੱਥੇ ਕਰਾਇਆ ਨਾ? ਹਾਂ ਪੁੱਤ, ਉਹ ਵੀ ਤਾਂ ਆਪਣੇ ਵਾਂਗੂ ਹੀ ਨੇ, ਕਿਹੜਾ ਉਹਨਾਂ ਦੇ ਦੁੱਧ ਕਰਦਾ, ਕਿਹੜੀ ਉਹਨਾਂ ਦੀ ਸਬਜ਼ੀ ਕਰਦੀ ਹੈ। ਰਹੀ ਗੱਲ ਦੁੱਧ ਦੀ, ਮੈਂ ਦੋਜੀ ਨੂੰ ਕਿਹਾ ਹੋਇਆ ਗਾ ਵੀ ਦੁੱਧ ਕਿਲੋ ਬਾਈ ਫਾਲਤੂ ਪਾ ਜਾਇਆ ਕਰ, ਤੁਸੀਂ ਫਿਕਰ ਨਾ ਕਰੋ। ਨਾ ਹਾਂ ਪੁੱਤ, ਫਿਕਰ ਤਾਂ ਕਾਹਦਾ ਹੈ, ਤੇਰੀ ਮਾਸੀ ਨੇ ਵੀ ਲੈ ਦੇਖ ਲਿਆ, ਹੁਣ ਸਾਰਾ ਆਪਣੀ ਨੂੰਹ ਆਪਣੇ ਕੋਲ ਰੱਖੀ ਹੈ, ਆਪੇ ਕਰਿਆ। ਮੈਂ ਤਾਂ ਪੁੱਤ ਕੰਮ ਕਰਕੇ ਹੀ ਕਹਿੰਦੀ ਸੀ, ਮਖਾਂ ਇੱਥੇ ਮੈਂ ਇਕੱਲੀ ਜਾਣੀ ਹੈ, ਆ ਨਵੂ ਦਾ ਤਾਂ ਤੈਨੂੰ ਪਤਾ ਹੀ ਹੈ ਕਿੰਨਾ ਕੰਮ ਕਰਦੀ ਹੈ, ਮਖਾਂ ਬਹੂ ਦੀ ਸੰਭਾਲ ਹੋ ਜੂਗੀ ਵਧੀਆ ਉਹਦੇ ਘਰੇ। ਮੇਰੀ ਸੁਣ ਗੱਲ, ਆਪਣੀ ਰੂਪੀ ਹੈਗੀ, ਜੇ ਉਹ ਛੱਡ ਜਾਂਦੇ ਇੱਥੇ, ਆਪਾਂ ਵੀ ਤਾਂ ਸੋਚਦੇ ਵੀ ਲੈ ਖਰਚਾ ਕਰਨ ਦੇ ਮਾਰੇ ਆਪਣੇ ਕੋਲ ਛੱਡ ਗਏ, ਉਹਨਾਂ ਨੂੰ ਸ਼ੀਲਾ ਕਟਾਇਆ ਗਾ। ਮੰਮੀ ਮੇਰਾ ਨਹੀਂ ਮਨ ਮੰਨਦਾ, ਮੈਂ ਤਾਂ ਇੱਥੇ ਸ਼ੀਲਾ ਕਟਾਊਂਗਾ ਉਹਦਾ, ਨਾਲੇ ਮੇਰੇ ਅੱਖਾਂ ਦੇ ਸਾਹਮਣੇ ਰਹੂਗੀ। ਚੱਲ ਪੁੱਤ ਦੇਖ ਲੈ, ਤੇਰੀ ਮਰਜ਼ੀ ਹੈ, ਮੈਂ ਯਾਰ ਨਬੂ ਤਾਂ ਹੁਣ ਇਹੀ ਗੱਲਾਂ ਕਰਕੇ ਹਟੀਆਂ ਤੀਆਂ। ਤੁਸੀਂ ਜਮਾਂ ਫਿਕਰ ਨਾ ਕਰੋ, ਕੋਈ ਨਹੀਂ ਥੋੜ੍ਹੇ ਦਿਨ ਦੀ ਗੱਲ ਹੈ, ਮੈਂ ਛੁੱਟੀਆਂ ਲੈ ਲੂੰਗਾ, ਤੁਹਾਡੇ ਨਾਲ ਲੱਗ ਕੇ ਮੈਂ ਉਹਦੀ ਸੇਵਾ ਕਰ ਲੂੰਗਾ। ਚੱਲ ਕੋਈ ਨਾ ਪੁੱਤ, ਫਿਰ ਤਾਂ ਕਰਨਾ ਹੀ ਕਰਨਾ ਸਾਰਾ ਕੁਛ, ਰਲ ਮਿਲ ਕੇ ਕਰ ਲਾਂਗੇ, ਤੁਸੀਂ ਨਾ ਫਿਕਰ ਕਰੋ। ਉਹ ਤਾਂ ਮੈਂ ਤਾਂ ਨਬੂ ਦੀ ਗੱਲ 'ਚੋਂ ਗੱਲ ਨਿਕਲੀ, ਮੈਂ ਕਿਹਾ ਲੈ ਚੱਲ ਮੈਂ ਗੁਰਿੰਦਰ ਨੂੰ ਕਹਿ ਦੇਣੀ ਆ। ਉਹ ਤਾਂ ਨਿਆਣੀ ਆ, ਹਾਲ ਉਹਨੂੰ ਕਿਆ ਪਤਾ ਨਾ ਗੱਲਾਂ ਦਾ। ਹਾਂ ਚੱਲ ਦੇਖ, ਕੋਈ ਨਹੀਂ ਮੰਮੀ ਕੋਈ ਨਹੀਂ, ਫਿਕਰ ਨਾ ਕਰੋ। ਠੀਕ ਹੈ ਪੁੱਤ। ਦੁੱਧ ਪੀਣ ਨੂੰ ਬੜਾ ਦਿਲ ਕਰੀ ਜਾ ਰਿਹਾ। ਹਾਂਜੀ ਭਾਬੀ, ਹਾਂਜੀ ਇੱਕ ਕੱਪ ਮੇਰੇ ਵਾਸਤੇ ਵੀ ਕਰ ਲਈ ਚੰਗਾ। ਕਰ ਲੈਣੀ ਆ ਭਾਬੀ। ਇੱਕ
एक तो ना कोई चीज पीन का दिल करे ना पहले ही बिच नीत पा देंदी है, इन्हें तो मैं पिलानी हाँ दुध। ਲੈ ਭਾਬੀ ਅਸੀਂ ਵੀ ਤੇ ਆਹੀ ਦੁੱਧ ਪੀਨੇ ਆ, ਨਹੀਂ ਤੈਨੂੰ ਕਿਤੇ ਐ ਤੇ ਨਹੀਂ ਲੱਗ ਰਿਹਾ ਕਿ ਮੈਂ ਪਾਣੀ ਪਾ ਕੇ ਲਿਆਂਦਾ? ਨਾ 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 ਬੂ, ਮੈਂ ਐ ਨਹੀਂ ਕਹਿੰਦੀ, ਮੈਨੂੰ ਵੈਸੇ ਹੀ ਲੱਗਿਆ ਦੁੱਧ ਪਤਲਾ ਹੁੰਦਾ ਜੀ, ਹੋ ਸਕਦਾ ਦੁੱਧ ਵਾਲੇ ਦੀ ਗਲਤੀ ਹੋਵੇ। ਭਾਬੀ ਅੱਜ ਕੱਲ ਦੁੱਧ ਦੀ ਵੀ ਨਾ ਵਿਗੜੇ ਹੋਏ ਨੇ, ਪਾਣੀ ਪਾ ਕੇ ਦੇ ਜਾਂਦੇ ਆ, ਪੈਸੇ ਇਹਨਾਂ ਨੇ ਪੂਰੇ ਲੈਣੇ ਆ, ਦੁੱਧ ਪਤਲਾ ਦੇ ਕੇ ਜਾਂਦੇ ਆ। ਭਾਬੀ ਤੁਸੀਂ ਪੀਣਾ ਪੀ ਲਓ, ਨਹੀਂ ਪੀਣਾ ਤਾਂ ਕੋਈ ਗੱਲ ਨਹੀਂ। ਹਾਂਜੀ ਭਾਬੀ, ਮੈਨੂੰ ਨਾਰ ਹੀ ਛਿਲ ਕੇ ਦੇ ਦੇ। ਭਾਬੀ ਨਾਰ? ਨਾਰ ਤੇ ਖਰਾਬ ਹੋ ਗਏ ਸੀਗੇ। ਕਿਵੇਂ ਖਰਾਬ ਹੋ ਗਏ? ਪਤਾ ਨਹੀਂ ਭਾਬੀ, ਵੀਰਾ ਵੀ ਨਾ ਦੇਖ ਕੇ ਚੀਜ਼ ਨਹੀਂ ਲਿਆਉਂਦਾ ਹੈਗਾ, ਮੈਨੂੰ ਸੁੱਟਣੇ ਪਏ। ਭਾਲਦੀਆਂ ਨਾਰ, ਨਾਰ ਨੇ ਤੇ ਚਿੱਚੇ ਜਾਣਾ ਸੀ ਲੰਘ ਗਏ। ਮੇਰੇ ਬਾਰੇ ਭੋਰਾ ਨੀ ਸੋਚਦੇ ਹੈਗੇ, ਉਹਨੂੰ ਵਿਹਲੀ ਬੈਠੀ ਨੂੰ ਖਵਾਈ ਜਾਂਦੇ ਨੇ। ਬਹੁਤ ਟੇਸਟੀ ਹੈ। ਭਾਬੀ ਨੂੰ ਤੂੰ ਅਨਾਰ ਮੰਗ ਲਏ ਤਾਂ ਮੈਂ ਕੀ ਕਹਾਂਗੀ? ਕੋਈ ਨਾ, ਕਹਿ ਦਾਂਗੀ ਵੀ ਉਹ ਗਲ ਗਈ ਸੀ, ਮੈਂ ਸਿੱਟ ਤੇ। ਓਹੋ, ਡਿਊਟੀ ਨੂੰ ਲੇਟ ਹੋ ਗਿਆ ਬਹੁਤ ਅੱਜ। ਗੱਲ ਸੁਣਿਆ ਸੀ? ਹਾਂਜੀ। ਆ ਤੁਸੀਂ ਦੁੱਧ ਵਾਲੇ ਨੂੰ ਕਹਿ ਦਿਓ ਵੀ ਦੁੱਧ ਨਾ ਜ਼ਿਆਦਾ ਪਾ ਕੇ ਜਾਇਆ ਕਰੇ। ਕੀ ਗੱਲ ਹੋ ਗਈ? ਉਹ ਦੁੱਧ ਪਤਲਾ ਪਾ ਕੇ ਜਾਂਦਾ। ਪਤਲਾ? ਚੱਲ ਕੋਈ ਨਹੀਂ, ਮੈਂ ਕਹਿ ਦੂੰਗਾ। ਨਾਲੇ ਜਿਹੜੇ ਤੁਸੀਂ ਨਾਰ ਲੈ ਕੇ ਆਏ ਸੀ ਨਾ, ਉਹ ਵੀ ਸਾਰੇ ਗਲੇ ਨਿਕਲ ਗਏ। ਗਲੇ ਨਿਕਲ ਗਏ? ਹਾਂਜੀ, ਉਹ ਤਾਂ ਨਾਰ ਨਾ ਲਿਆ। ਹੋਰ ਤੋਂ ਲੈ ਲੈਣਾ। ਤੁਸੀਂ ਇੰਨੇ ਮਹਿੰਗੇ ਨਾਰ ਨਾ ਲੈ ਕੇ ਆਇਆ ਕਰੋ, ਖਰਾਬ ਤਾਂ ਨਿਕਲ ਜਾਂਦੇ, ਫਿਰ ਫਾਇਦਾ ਕੀ? ਚੱਲ ਉਹ ਡੱਬਾ ਰੋਟੀ ਵਾਲਾ ਮੈਂ ਲੈ ਕੇ ਆਉਂ। ਹਾਂ ਲੈ ਲਿਆ। ਮੱਲੋ ਮੱਲੀ ਲੇਟ ਹੋ ਗਿਆ ਮੈਂ। ਨਵ? ਹਾਂਜੀ ਵੀਰੇ। ਪਾਣੀ ਪਿਲਾ। ਕੀ ਗੱਲ ਵੀਰੇ, ਅੱਜ ਖਾਲੀ ਹੱਥ ਹੀ ਆ ਗਏ? ਕੀ ਗੱਲ ਹੋ ਗਈ? ਅਨਾਰ ਨਹੀਂ ਲੈ ਕੇ ਆਈ ਅੱਜ? ਉਹ ਤੁਸੀਂ ਤਾਂ ਆਪ ਕਹਿੰਦੇ, ਕਹਿੰਦੇ ਨਾਰ ਵਧੀਆ ਨਹੀਂ ਹੈਗੇ, ਨਾਰ ਗਲੇ ਹੋਏ ਆਉਂਦੇ ਹੈਗੇ, ਮੈਂ ਫਿਰ ਲਿਆਣੇ ਛੱਡ ਤੇ। ਅੱਛਾ ਚਲ ਠੀਕ ਹੈ, ਲਿਆਉਣੀ ਆ ਪਾਣੀ। ਹਾਂ ਪਾਣੀ ਪਿਲਾ ਦੋ। ਕੀ ਚੱਲੇ ਹੋ? ਮੈਂ ਤੈਨੂੰ ਲੈ ਕੇ ਚੱਲਿਆ ਜੂਸ ਪਿਲਾਉਣ, ਅਨਾਰ ਦਾ। ਓਹੋ, ਇੰਨੇ ਅਨਾਰ ਖਰਾਬ ਆ ਰਹੇ ਨੇ, ਤੁਸੀਂ ਫਿਰ ਉਹੀ ਗੱਲ ਕਰਦੇ ਹੋ। ਤੈਨੂੰ ਕੀ ਲੱਗਦਾ ਕਿ ਅਨਾਰ ਖਰਾਬ ਆ ਰਹੇ ਨੇ? ਅਨਾਰ ਨਹੀਂ ਖਰਾਬ ਆ ਰਹੇ, ਇਹ ਜਿਹੜੀ ਨਵਜੋਤ ਹੈ ਨਾ ਭੈਣ ਮੇਰੀ, ਇਹ ਬਹੁਤ ਖਰਾਬ ਹੈਗੀ। ਇਹ ਕਿਉਂ? ਇਹ ਅਨਾਰ ਸਾਰੇ ਆਪ ਖਾ ਗਈ, ਤੈਨੂੰ ਕਹਿਤਾ ਕਿ ਅਨਾਰ ਖਰਾਬ ਨੇ। ਅੱਛਾ। ਹਾਂ, ਇਹ ਬਚਪਨ ਤੋਂ ਹੀ ਇੱਦਾਂ ਦੀ ਹੈ। ਤੇ ਦੂਸਰੀ ਗੱਲ, ਤੈਨੂੰ ਕੀ ਲੱਗਦਾ ਵੀ ਦੁੱਧ ਦੇ ਵਿੱਚ ਪਾਣੀ ਪਾਇਆ ਦੋ ਜੀ? ਕੋਈ ਪਾਣੀ ਨਹੀਂ ਪਾਉਂਦਾ ਹੈਗਾ ਉਹ, ਇੰਨੇ ਸਾਲਾਂ ਦੁੱਧ ਲੈ ਰਹੇ ਅਸੀਂ ਉਹ ਤੋਂ। ਨਵਜੋਤ ਕੀ ਕਰਦੀ? ਦੁੱਧ ਪੀ ਲੈਂਦੀ, ਆਪ ਤੈਨੂੰ ਪਾਣੀ ਪਾ ਕੇ ਦੇ ਦਿੰਦੀ ਹੈ। ਹੁਣ ਜੇ ਮੈਂ ਤੇਰੀ ਗੱਲ ਸੁਣ ਕੇ ਮੈਂ ਨਵਜੋਤ ਨਾਲ ਗੱਲ ਕਰਾਂ, ਹੈ ਨਾ, ਨਵਜੋਤ ਗੱਲ ਕਰੂਗੀ ਮੰਮੀ ਨਾਲ, ਘਰ ਦੇ ਵਿੱਚ ਐਵੇਂ ਕਲੇਸ਼ ਵਧੂਗਾ, ਹੈ ਨਾ, ਲੜਾਈ ਵਧੂਗੀ। ਅਤੇ ਲੜਾਈ ਵਧੂਗੀ ਜਦੋਂ ਤੇਰੇ ਮਾਇੰਡ 'ਤੇ ਅਸਰ ਪਊਗਾ, ਤੇਰੇ ਮਾਇੰਡ 'ਤੇ ਅਸਰ ਪੈ ਗਿਆ ਤੇਰੇ ਬੱਚੇ 'ਤੇ ਅਸਰ ਪਊਗਾ। ਮੈਂ ਨਹੀਂ ਚਾਹੁੰਦਾ ਕਿਸੇ ਵੀ ਗੱਲ ਕਰਕੇ ਆਪਣੇ ਤਿੰਨਾਂ ਚਾਰਾਂ ਦਾ ਨੁਕਸਾਨ ਹੋਵੇ, ਠੀਕ ਹੈ? ਇਸ ਕਰਕੇ ਆਪਾਂ ਬਹਾਨੇ ਜਿਹੇ ਨਾਲ ਬਾਹਰ ਨਿਕਲ ਜਾਇਆ ਕਰਨਾ, ਤੈਨੂੰ ਮੈਂ ਜੂਸ ਪਿਲਾ ਦਿਆ ਕਰਨਾ। ਅਤੇ ਦੁੱਧ ਦੀ ਗੱਲ, ਮੈਂ ਰੋਜ਼ ਥਰਮੋਸ ਲੈ ਕੇ ਜਾਂਦਾ ਦੁੱਧ ਵਾਸਤੇ, ਹੈ ਨਾ, ਉਹ ਸ਼ਾਮ ਨੂੰ ਥਰਮੋਸ ਨੂੰ ਭਰ ਕੇ ਦੁੱਧ ਪੀ ਲਿਆ ਕਰ, ਨਾਲੇ ਘਰ 'ਚ ਨਿਕਲੇ ਹੋਊਗਾ, ਨਾਲੇ ਤੇਰਾ ਖਿਆਲ ਰੱਖੋਗੇ, ਠੀਕ ਹੈ? ਤੁਸੀਂ ਮੇਰਾ ਕਿੰਨਾ ਖਿਆਲ ਰੱਖਦੇ ਹੋ। ਹੁਣ ਗੱਡੀ ਚਲਾਉਣ ਦੇ ਤੇ। ਹਾਂ,
मम्मी। हाँ पुत गुरिंदर चलिया ड्यूटी। हाँ मम्मी मम्मी ओह करियो थर्मोस ना मैं चाह पा के दो मैं ड्यूटी लेके जानी है। अच्छा की गल है चाह तो पींदा हूं तो। मम्मी चाह स्वाद नहीं लगती मैं ना दी मैं हमें घरों ले जाया करनी। अच्छा चल चंगा पुत जे नहीं स्वाद लगनी फिर कड़ा जरूरी है पीनी। हाँ। अपने घर तो बना देनी है मैं बड़े थर्मोस च पा के दे देनी है तेनू। हाँ बनाया। रुक जा दो मिनट। ठीक है नवजोत नवजोत मम्मी मम्मी नवजोत पखा बंद कर जा ओए पखा पखा किने लाता पता नहीं सी मैं तो सुती पई सी। आए हाय नवजोत। हाँ जी वीरे। अब पखा किने लाया वीरे मैं काम करती पई सी पोचा लाया सी मैं ला दी सी। तेरा दिमाग ठीक है वीरे मैं भूल गई सी। भूल गई सी जे उन्हें कुछ हो जाता छोटा जा बच्चा है तू कम से कम पखा लाना दो मिनट खड़ जा फिर बंद कर दे। ठीक है तो बुखार तो नहीं चल कोई नहीं। तुम इस छाते के नीचे क्या कर रहे हो? अरे बारिश आ रही है भीग जाऊंगा मैं। टीवी भी वाली कट कर दे मुंडा सुता पे ऐसे उठ खड़े मेरी बेटी के आसपास दिखे भी आए हाय की आया बच्चा जा फिर उठ खड़े आए देखी जाऊंगी तेरे स्यापा पाया है मम्मी नु क्या भी सीगा उधर पेके भेज दे नु मेरे तो टीवी देखना भी औखा किरिया पे आए। हाँ हाँ ठीक है नू तो ठीक है तुसी सुनाओ। हाँ बढ़िया बढ़िया सब ठीक है। मम्मी आप मेरी सहेली प्रीत का विआह है आप उधर चलिए। लै पुत आप कितने चल जाएंगे आ तेरी भाभी फिर कल्ली आ करे छोटा जवाक है। मम्मी भाभी सुती पई है आप हूँ तक जाओगे आ भी जावे वापस। लै जे उन्होंने किसी चीज़ की लड़ पाई फिर वह किमें फड़ूगी अपनी। हाले मम्मी सुती पई है उन्हें तक आप वापस भी आ जाना है। चलो तुसी मेरे नाल नहीं पुत्त ऐ चंगा नहीं लगता हैगा नाले तेरा वीरा की सोचूगा भी बहू नु कल्ले नहीं छड़ के चले गई दो मामा दी मम्मी हुणे आ जाना आपा वापस। चलो तुसी मेरे नाल चलो। लै देख तू पुठे काम कर दियां ने बू कोई ना हुण भी चक लो नाल। चलो हुणे आ जांगे बस भाभी नु लोड़ होएगी ना वैसे तो भाभी उठन नहीं लगे हैगे आपा 5 मिनट च आ जांगे वापस। तू तो जिद कर दियां दस मम्मी नवो नवो
ਕਿੰਨਾ ਰੋ ਰਿਹਾ ਹੈਗਾ ਗੁੱਗੂ ਬਸ 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 ਹੈ ਜਿੱਤੀ ਜਿੱਤੀ ਉਹ ਤੂੰ ਪਾਗਲ ਹੈ ਤੂੰ ਆਪਣੀ ਹਾਲਤ ਦੇ ਕੀ ਹੈ ਤੇਰੀ ਤੂੰ ਕੀ ਕਰਦੀ ਫਿਰਦੀ ਹੈਗੀ ਆ ਗੁੱਗੂ ਕਿੰਨਾ ਰੋ ਰਿਹਾ ਹੈਗਾ ਇਹ ਕਰਦੇ ਕਿੱਥੇ ਹੈਗੇ ਇਹ ਨਾ ਨਾ ਦਿਮਾਗ ਖਰਾਬ ਕਰਿਆ ਪਿਆ ਹੈਗਾ ਕਿੱਥੇ ਗਈਆਂ ਕਿੱਥੇ ਦੱਸ ਕੇ ਤੇ ਗਈਆਂ ਹੋਣੀਆਂ ਕੁਛ ਚੱਲ ਕੋਈ ਨਾ ਤੁਸੀਂ ਗੁੱਸਾ ਨਾ ਕਰੋ ਆ ਜਾਂਦੀਆਂ ਐਵੇਂ ਘਰ 'ਚ ਲੜਾਈ ਪਊਗੀ ਕੋਈ ਫਾਇਦਾ ਨਹੀਂ ਗੱਲ ਲੜਾਈ ਦੀ ਨਹੀਂ ਜੇ ਤੇਰੇ ਕੋਲ ਸੱਟ ਪੇਟ ਲੱਗ ਜਾਂਦੀ ਗੁੱਗੂ ਡਿੱਗ ਜਾਂਦਾ ਹੈਂ ਬੰਦਾ ਬੋਲੇ ਨਾ ਤਾਂ ਫਿਰ ਕੀ ਕਰੇ ਆਉਣ ਦੇ ਘਰੇ ਚੱਲ ਕੋਈ ਤੂੰ ਆਰਾਮ ਕਰ ਦੁੱਧ ਤੈਨੂੰ ਮੈਂ ਕਰਕੇ ਦਿੰਦਾ ਆਰਾਮ ਕਰ ਤੂੰ ਚੱਲ ਕਮਾਲ ਹੋ ਗਈ ਯਾਰ ਕਮਾਲ ਨਹੀਂ ਹੋ ਗਈ ਦੱਸ ਦੋਵਾਂ ਨੂੰ ਜਮਾਂ ਮੰਮੀ ਤਾਂ ਸੋਚ ਲੈਂਦੀ ਇਹ ਮੰਮੀ ਇਹ ਮੰਮੀ ਤੁਹਾਨੂੰ ਕੀ ਹੋ ਗਿਆ ਕਿਉਂ ਪਤਾ ਤੁਸੀਂ ਉਹਨੂੰ ਕੱਲੀ ਨੂੰ ਛੱਡ ਕੇ ਲੰਘੇ ਮੇ ਪੁੱਤ ਮੈਂ ਤਾਂ ਪਹਿਲਾਂ ਹੀ ਨਵੂ ਨੂੰ ਕਿਹਾ ਸੀ ਪਰ ਨਵੂ ਜਿੱਦ ਕਰਨ ਲੱਗ ਗਈ ਦੱਸ ਉਹ ਮੰਮੀ ਤਾਂ ਸਾਡੀ ਗਲਤੀ ਹੁਣ ਉਹ ਤਾਂ ਨਿਆਣੀ ਹੈ ਤੁਸੀਂ ਤਾਂ ਸਮਝ ਲੈਂਦੇ ਜੇ ਪਹਿਲਾਂ ਉਹ ਡਿੱਗ ਜਾਂਦੀ ਜਦੋਂ ਮੈਂ ਆਇਆ ਨਾ ਉਹ ਕੱਲੀ ਔਰ ਸੋਈ 'ਚ ਬੜੀ ਦੁੱਧ ਕਰ ਰਹੀ ਸੀ ਪਰ ਉਹ ਗੁੱਗੂ ਇੰਨਾ ਰੋ ਰਿਹਾ ਸੀ ਉਹ ਮੈਨੂੰ ਕੁੜੀ ਨੇ ਟਿਕਣ ਨਹੀਂ ਦਿੱਤਾ ਜ਼ਬਰਦਸਤੀ ਲੈ ਗਈ ਮੇਰੇ ਨਾਲ ਚੱਲ ਮਾਂ ਮੇਰੇ ਨਾਲ ਚੱਲ ਮੈਨੂੰ ਤਾਂ ਜਾਣਾ ਪੈ ਗਿਆ ਪੁੱਤ ਕੋਈ ਨਾ ਅੱਗੇ ਤੋਂ ਨਹੀਂ ਇਹੋ ਜਿਹੀ ਕੋਈ ਗੱਲ ਹੋਊਗੀ ਤੂੰ ਗੁੱਸਾ ਨਾ ਕਰ ਚੱਲ ਮੰਮੀ ਅੱਗੇ ਤੇ ਇਹੋ ਜਿਹਾ ਕੰਮ ਕਰਿਓ ਠੀਕ ਹੈ ਛੱਡ ਕੇ ਨਾ ਜਾਇਆ ਕਰੋ ਜੇ ਜਾਣਾ ਮੈਨੂੰ ਦੱਸ ਦਿਓ ਮੈਂ ਛੁੱਟੀ ਲੈ ਕੇ ਆ ਜਾਇਆ ਕਰੂੰਗਾ ਨਹੀਂ ਨਹੀਂ ਪੁੱਤ ਕਹਿੰਦਾ ਤੂੰ ਕਹਿੰਦਾ ਛੁੱਟੀ ਲੈ ਕੇ ਆ ਜਾਏਗਾ ਅਸੀਂ ਆਪੇ ਦੇਖਦੀ ਰਹੂੰਗੀ ਮੈਂ ਹੈਗੀ ਹੈ ਉਹ ਤਾਂ ਇਹਨੇ ਨਵੂ ਨੇ ਜਿੱਦ ਕਰ ਲਈ ਜ਼ਿਆਦੇ ਕਹਿੰਦੀ ਚੱਲ ਚੱਲ ਨਾ ਤਾਂ ਮੈਨੂੰ ਜਾਣਾ ਪਿਆ ਨਾਲ ਹੁਣ ਪਤਾ ਵੀ ਵੀਰਾ ਗੁੱਸਾ ਕਰੂਗਾ ਟਲ ਕੇ ਲੰਘ ਗਈ ਸਹੇਲੀ ਦੇ ਘਰੇ ਚੱਲ ਕੋਈ ਨਾ ਨਿਆਣੇ ਆਹੋ ਕੁਛ ਕਹਿ ਚੱਲ ਮੰਮੀ ਕੋਈ ਨੀ ਚਲੋ ਕੋਈ ਨੀ ਮੰਮੀ ਕੋਈ ਨੀ ਦੱਸ ਆ ਕੁੜੀ ਦੀ ਨਿਆਣ ਮੱਤ ਕਰਕੇ ਮੈਨੂੰ ਤਾਂ ਸੁਣਨਾ ਪੈ ਗਿਆ ਮੁੰਡੇ ਤੋਂ ਕੀ ਕਹਿੰਦਾ ਹੋਣਾ ਮੁੰਡਾ ਵੀ ਮਾਂ ਮੇਰੀ ਕਿਹੋ ਜਿਹਾ ਕੰਮ ਕਰਦੀ ਹੈ ਉਹਨੂੰ ਕੀ ਪਤਾ ਵੀ ਕੁੜੀ ਮੇਰੀ ਚੱਲਣ ਨਹੀਂ ਦਿੰਦੀ ਹੈਲੋ ਹੈਲੋ ਹਾਂ ਨਵੂ ਹੈਲੋ ਮੰਮੀ ਸਤਿ ਸ਼੍ਰੀ ਅਕਾਲ ਕੀ ਹਾਲ ਹੈ ਸਤਿ ਸ਼੍ਰੀ ਅਕਾਲ ਪੁੱਤ ਠੀਕ ਠਾਕ ਤੂੰ ਸੁਣਾ ਹਾਂ ਮੰਮੀ ਮੈਂ ਠੀਕ ਹਾਂ ਪੁੱਤ ਬਹੁਤ ਦਿਨਾਂ ਬਾਅਦ ਫੋਨ ਕਰੇ ਆ ਕੀ ਗੱਲ ਮੰਮੀ ਮੈਂ ਗੱਲ ਕਰਨੀ ਸੀ ਕੋਈ ਕਰ ਪੁੱਤ ਕਰ ਮੰਮੀ ਮੈਨੂੰ ਲੈ ਜਾਓ ਆ ਕੇ ਇੱਥੇ ਲਹਿ ਇਹ ਕੀ ਗੱਲ ਬਣੀ ਮੰਮੀ ਇੱਥੇ ਮੇਰਾ ਕੋਈ ਖਿਆਲ ਨਹੀਂ ਰੱਖਦਾ ਮੇਰਾ ਸ਼ਿਲਾ ਇੱਦਾਂ ਹੀ ਰੁੱਲ ਜਾਣਾ ਲੈ ਦੱਸ ਪੁੱਤ ਦੇਖੀ ਤੂੰ ਆਪਣੇ ਘਰ ਬਾਰੇ ਜਾਣਦੀ ਹੈ ਤੇਰੇ ਭਾਈ ਦੀ ਪ੍ਰਾਈਵੇਟ ਨੌਕਰੀ ਹੈ ਪੁੱਤ ਖਰਚ ਦਾ ਕੰਮ ਹੈ ਇਹ ਕੋਈ ਐਵੇਂ ਨਹੀਂ ਹੈਗਾ ਊਂ ਤਾਂ ਇਹ ਐਡੇ ਐਡੇ ਬੜੇ ਕਹਾਉਂਦੇ ਨੇ ਦੱਸ ਹੁਣ ਖਰਚ ਦੀ ਵਾਰੀ ਨੂੰ ਐਵੇਂ ਲੁਕਾਉਣ ਲੱਗ ਗਏ ਮੰਮੀ ਤੁਹਾਨੂੰ ਮੇਰੀ ਨਣਨ ਦਾ ਪਤਾ ਤਾਂ ਹੈਗਾ ਮੇਰੀ ਨਣਨ ਦੇ ਮੈਨੂੰ ਦੇਖ ਕੇ ਨਹੀਂ ਜਲਦੀ ਨਾਲੇ ਵਿੱਕੀ ਕਿਹੜਾ ਮੇਰੀ ਗੱਲ ਸੁਣਦੇ ਆ ਮੇਰੇ ਸਹੁਰੇ ਕਹਿੰਦੇ ਆ ਕਿ ਤੂੰ ਸ਼ਿਲਾ ਆਪਣੇ ਪੇਕੇ ਹੀ ਕਰ ਰਿਹਾ ਨਹੀਂ ਪੁੱਤ ਤੂੰ ਵਿੱਕੀ ਨੂੰ ਸਮਝਾ ਕੇ ਦੇਖ ਲੈ ਤੂੰ ਦੱਸ ਦੇ ਵੀ ਭਾਈ ਸਾਡੇ ਘਰ ਦੇ ਹਾਲਾਤ ਇਹ ਨੇ ਇੱਥੇ ਤਾਂ ਸੁੱਖ ਨਾਲ ਇੰਨਾ ਰੰਗ ਲੱਗਿਆ ਵਾ ਐਂ ਨਹੀਂ ਇਹਨਾਂ ਨੂੰ ਕਰਨਾ ਚਾਹੀਦਾ ਤਾਂ ਮਾੜੀ ਗੱਲ ਹੈ ਫਿਰ ਮੰਮੀ ਵਿੱਕੀ ਤਾਂ ਮੇਰੀ ਬਿਲਕੁਲ ਸੁਣਦੇ ਹੀ ਨਹੀਂ ਹੈਗੇ ਦੱਸ ਫਿਰ ਕੀ ਕਰੀਏ ਚੱਲ ਕੋਈ ਨਾ ਪੁੱਤ ਤੂੰ ਨਾ ਟੈਨਸ਼ਨ ਕਰ ਆ ਜੀ ਤੂੰ ਚੰਗਾ ਟੈਨਸ਼ਨ ਨਾ ਕਰੀ ਜਮਾ ਹੀ ਠੀਕ ਹੈ ਮੰਮੀ ਚੰਗਾ ਪੁੱਤ ਠੀਕ ਦੱਸ ਨਿੱਤ ਨਵੇਂ ਸੁਨੇਹੇ ਆਉਂਦੇ ਰਹਿੰਦੇ ਨੇ ਆ ਗਿਆ ਦਿਨ ਚੜ੍ਹਦੇ ਨੂੰ ਸੁਨੇਹਾ ਕੀ ਕਰਾਂ ਬਹੂ ਨਾਲ ਗੱਲ ਕਰਕੇ ਦੇਖਦੀ ਹਾਂ ਜੀਤ ਹਾਂਜੀ ਮੰਮੀ ਮੇਰੀ ਗੱਲ ਸੁਣ ਪੁੱਤ ਹਾਂਜੀ ਆ ਨਵੂ ਦਾ ਫੋਨ ਆ ਕੇ ਹਟਿਆ ਤੇਰੀ ਗੱਲ ਠੀਕ ਹੈ ਫਿਰ ਹੁਣ ਆਪਾਂ ਨੂੰ ਇੱਕ ਵਾਰੀ ਕਹਿਣਾ ਤੇ ਕਹਿਤਾ ਹੁਣ ਜਦ ਨਹੀਂ ਮੰਨਦੇ ਅਗਲੇ ਆਪਣੇ ਤਾਂ ਘਰ ਦੀ ਧੀ ਆਪਣੇ ਤਾਂ ਕਰਨਾ ਪਊਗਾ ਸਾਰਾ ਕੁਛ ਦੇਖੋ ਮੇਰਾ ਵੀ ਤਾਂ ਜਾਪਾ ਇੱਥੇ ਹੋਇਆ ਨਾ ਉਹ ਵੀ ਆਪਦੇ ਸਹੁਰੇ ਕੱਟ ਸਕਦੀ ਹੈ ਜਾਪਾ ਤੁਸੀਂ ਉਹਨਾਂ ਨੂੰ ਸਮਝਾਓ ਪੁੱਤ ਸਾਰੀਆਂ ਧੀਆਂ ਦੇ ਸੱਸ ਸਹੁਰੇ ਇੱਕ ਸਾਰ ਨਹੀਂ ਹੁੰਦੇ ਚੰਗੇ ਵੀ ਹੁੰਦੇ ਨੇ ਮਾੜੇ ਵੀ ਹੁੰਦੇ ਨੇ ਫਿਰ ਹੁਣ ਯਾਰ ਉਹ ਅਗਲੇ ਨਹੀਂ ਰਹਿਣ ਦਿੰਦੇ ਹੁਣ ਆਪਾਂ ਨੂੰ ਤਾਂ ਲੈ ਕੇ ਆਉਣੀ ਪਊਗੀ ਪੁੱਤ ਉਹਦਾ ਸਾਰਾ ਸ਼ੀਲੇ ਦਾ ਕੰਮ ਇੱਥੇ ਕਰਨਾ ਪਊਗਾ ਆਪਾਂ ਚਲੋ ਠੀਕ ਆ ਤੁਹਾਡੀ ਮਰਜ਼ੀ ਕੋਈ ਨਾ ਰਲ ਮਿਲ ਕੇ ਕਰ ਲਾਂਗੇ ਆਪਾਂ ਸੱਸ ਨੂੰ ਆ ਭਾਬੀ ਹਾਂ ਭਾਬੀ ਮੈਨੂੰ ਦੁੱਧ ਹੀ ਲਿਆ ਦਿੰਦੇ ਦਵਾਈ ਲੈਣੀ ਹਾਂਜੀ ਭਾਬੀ
ਲੈ ਨਵਦੀਪ ਭਾਬੇ ਦੇ ਚ ਕਿੰਨੀ ਮਲਾਈ ਪਾਈ ਹੋਈ ਆ ਓਹੋ ਜੇ ਮਲਾਈ ਵਾਲਾ ਦੁੱਧ ਪੀਏਗੀ ਤਾਂ ਹੀ ਬੱਚਾ ਤਕੜਾ ਪੈਦਾ ਹੋਊਗਾ ਮੈਂ ਨਹੀਂ ਪੀਣਾ ਭਾਬੀ ਨਹੀਂ ਨਹੀਂ ਪੀ ਲਾ ਤੂੰ ਜੇ ਨਾ ਪੀਤਾ ਤਾਂ ਮੈਂ ਤੇਰਾ ਢਾ ਕੇ ਮੂੰਹ ਚ ਪਾ ਦੇਣਾ ਪੀ ਲਾ ਭਾਬੀ ਨੂੰ ਮੇਰਾ ਕਿੰਨਾ ਖਿਆਲ ਹੈ ਨਾ ਇੱਕ ਮੈਂ ਉਹਦੀ ਜਗ੍ਹਾ ਤੇ ਜਦੋਂ ਉਹਦੇ ਬਾਰੇ ਬਿਲਕੁਲ ਖਿਆਲ ਨਹੀਂ ਕੀਤਾ ਮੈਂ ਉਹਦਾ ਮੈਂ ਤਾਂ ਦੁੱਧ 'ਚ ਪਾਣੀ ਪਾ ਕੇ ਦਿੰਦੀ ਸੀ ਮੈਂ ਤਾਂ ਬਿਲਕੁਲ ਖਿਆਲ ਹੀ ਨਹੀਂ ਸੀ ਦਿੰਦੀ ਇੰਨਾ ਕੁਛ ਹੋਣ ਦੇ ਬਾਵਜੂਦ ਵੀ ਭਾਬੀ ਮੇਰਾ ਮੇਰੇ ਬੱਚੇ ਦਾ ਕਿੰਨਾ ਖਿਆਲ ਰੱਖ ਰਹੀ ਹੈ ਹੋਰ ਨਵਜੋਤ ਵਿੱਕੀ ਦਾ ਕੀ ਹਾਲ ਹੈ ਠੀਕ ਹੈ ਵੀਰੇ ਚੱਲ ਵਧੀਆ ਠੀਕ ਹੈ ਹੋਰ ਕੰਮ ਕਾਰ ਚੱਲੀ ਜਾ ਰਿਹਾ ਬਸ ਚਲੋ ਵਧੀਆ ਗੱਲ ਸੁਣੋ ਜੀ ਤੁਸੀਂ ਨਾ ਨਵਜੋਤ ਵਾਸਤੇ ਇੱਕ ਪ੍ਰੋਟੀਨ ਦਾ ਡੱਬਾ ਤੇ ਇੱਕ ਅਨਾਰ ਲੈ ਕੇ ਆਇਓ ਅੱਛਾ ਜੇ 10 ਦਿਨ ਠਹਿਰ ਕੇ ਲਿਆਵਾਂ ਤਨਖਾਹ ਹਲੇ ਮਿਲੀ ਨਹੀਂ ਮੈਨੂੰ ਕਿਉਂ ਪਿਆ ਟਾਈਮ ਪਿਆ ਤਨਖਾਹ ਨੂੰ ਚਲੋ ਕੋਈ ਗੱਲ ਨਹੀਂ ਮੈਂ ਥੋੜੇ ਜਿਹੇ ਪੈਸੇ ਜੋੜ ਕੇ ਰੱਖੇ ਹੋਏ ਸੀ ਉਹਦੇ ਵਿੱਚੋਂ ਤੁਸੀਂ ਇਹ ਸਮਾਨ ਲੈ ਆਇਓ ਮੈਂ ਲੈ ਕੇ ਆਉਣੀ ਜੀ ਚੱਲ ਠੀਕ ਹੈ ਲੈ ਫੜਾ ਦੇ ਮੈਂ ਫਿਰ ਜਾ ਜਾਂਦਾ ਭਾਬੀ ਹਮੇਸ਼ਾ ਹੀ ਚੰਗੀ ਹੈ ਤੈਨੂੰ ਹੀ ਗਲਤ ਫਹਿਮੀ ਸੀ ਚੱਲ ਕੋਈ ਨਹੀਂ ਤੂੰ ਆਰਾਮ ਕਰ ਮੈਂ ਲੈ ਕੇ ਆਉਣਾ ਨਾਲ ਠੀਕ ਹੈ ਓਹੋ ਤੁਸੀਂ ਇੱਥੇ ਟੀਵੀ ਲਾ ਕੇ ਬੈਠ ਗਏ ਉਧਰ ਨਵੋ ਮੈਡੀਸਨ ਲੈ ਕੇ ਸੁੱਤੀ ਪਈ ਆ ਓਹੋ ਸੌਰੀ ਯਾਰ ਮੈਂ ਤਾਂ ਭੁੱਲ ਗਿਆ ਸੀ ਮੈਂ ਤਾਂ ਟੀਵੀ ਦੀ ਆਵਾਜ਼ ਘੱਟ ਕਰ ਨਾ ਮੈਂ ਟੀਵੀ ਬੰਦੇ ਕਰ ਦਿੰਦਾ ਕੋਈ ਨਹੀਂ ਚੱਲ ਆ ਲੈ ਚੱਲ ਕੋਈ ਨਹੀਂ ਯਾਰ ਮੈਂ ਤਾਂ ਭੁੱਲ ਗਿਆ ਸੀ ਤੂੰ ਖਿਆਲ ਰੱਖ ਮਾੜਾ ਜਿਹਾ ਮੈਂ ਬਾਹਰ ਚਲੀ ਜਾਂਦਾ ਕੋਈ ਨਹੀਂ ਭਾਬੀ ਭਾਬੀ ਮੇਰੀ ਗੱਲ ਸੁਣਿਓ ਨਹੀਂ ਬੱਚੋ ਤੂੰ ਰੈਸਟ ਕਰ ਭਾਬੀ ਬੈਠ ਜਾਓ ਮੈਂ ਜ਼ਰੂਰੀ ਗੱਲ ਕਰਨੀ ਤੁਹਾਡੇ ਨਾਲ ਭਾਬੀ ਭਾਬੀ ਮਾਫ ਕਰ ਦੇ ਮੈਨੂੰ ਮੈਂ ਤੇਰੇ ਨਾਲ ਬਹੁਤ ਗਲਤ ਕੀਤਾ ਭਾਬੀ ਨਹੀਂ ਨਹੀਂ ਮਾਫੀ ਨਾ ਮੰਗ ਤੂੰ ਮੇਰੇ ਭੈਣਾਂ ਵਰਗੀ ਆ ਦੱਸ ਕੀ ਗੱਲ ਭਾਬੀ ਮੈਨੂੰ ਉਮੀਦ ਨਹੀਂ ਸੀ ਕਿ ਭਾਬੀ ਮੇਰਾ ਇੰਨਾ ਖਿਆਲ ਰੱਖੇਗੀ ਕਿਉਂਕਿ ਮੈਂ ਤੇਰੇ ਨਾਲ ਬਹੁਤ ਗਲਤ ਕੀਤਾ ਪਹਿਲਾਂ ਜਦੋਂ ਤੇਰੇ ਜਵਾਕ ਹੋਣਾ ਸੀ ਤੂੰ ਤਾਂ ਮੈਨੂੰ ਦੁੱਧ 'ਚ ਮਲਾਈਆਂ ਪਾ ਕੇ ਦਿੰਦੀ ਹੈ ਮੈਂ ਤਾਂ ਤੈਨੂੰ ਦੁੱਧ 'ਚ ਪਾਣੀ ਪਾ ਕੇ ਦਿੰਦੀ ਸੀ ਵੀਰੇ ਨੇ ਜਿਹੜੇ ਅਨਾਰ ਲਿਆਉਂਦੇ ਹੁੰਦੇ ਸੀ ਮੈਂ ਖਾ ਜਾਂਦੀ ਹੁੰਦੀ ਸੀ ਬਾਅਦ ਵਿੱਚ ਕਹਿੰਦੀ ਸੀ ਕਿ ਅਨਾਰ ਤਾਂ ਖਰਾਬ ਹੋ ਗਏ ਭਾਬੀ ਮਾਫ਼ ਕਰ ਦੇ ਮੈਨੂੰ ਮਾਫ਼ ਕਰ ਦੇ ਭਾਬੀ ਕੋਈ ਨਾ ਤੂੰ ਨਵਜੋਤ ਜੋਣ ਜਾਣ ਬਣੇ 'ਚ ਕੀਤਾ ਕੋਈ ਗੱਲ ਨਹੀਂ ਮੇਰੇ ਮਨ 'ਚ ਵੀ ਆਇਆ ਸੀ ਵੀ ਮੈਂ ਵੀ ਤੇਰੇ ਨਾਲ ਉੱਦਾਂ ਹੀ ਕਰਾਂ ਪਰ ਜੇ ਮੈਂ ਤੇਰੇ ਨਾਲ ਇੱਦਾਂ ਕਰਦੀ ਤਾਂ ਫਿਰ ਤੇਰੇ ਅਤੇ ਮੇਰੇ 'ਚ ਫਰਕ ਕੀ ਰਹਿ ਜਾਣਾ ਸੀ ਦੇਖ ਨਵਜੋਤ ਮੈਨੂੰ ਤੇਰੇ ਨਾਲੋਂ ਵੱਧ ਤੇਰੇ ਬੱਚੇ ਦਾ ਖਿਆਲ ਮੈਂ ਨਹੀਂ ਚਾਹੁੰਦੀ ਉਹਦਾ ਕੋਈ ਨੁਕਸਾਨ ਹੋ ਦੇਖ ਲੈ ਨਵਜੋਤ ਤੂੰ ਪੁੱਤ ਬਿਨਾਂ ਗੱਲਬਾਤ ਤੋਂ ਹੀ ਨਫ਼ਰਤ ਕਰੀ ਗਈ ਜੇ ਭਰਜਾਈਆਂ ਨੂੰ ਪਿਆਰ ਨਾਲ ਰੱਖੀਏ ਉਹ ਵੀ ਭੈਣਾਂ ਵਾਂਗੂ ਰਹਿੰਦੀਆਂ ਨੇ ਹੈ ਤੇਰਾ ਕਿੰਨਾ ਧਿਆਨ ਕਰਿਆ ਭਰਜਾਈ ਨੇ ਤੇਰੀ ਨੇ ਕਿੰਨੀ ਤੇਰੀ ਸੇਵਾ ਕਰਦੀ ਹੈ ਹੈ ਹੁਣ ਪੁੱਤ ਤੂੰ ਆਪਣੇ ਮਨ 'ਚ ਕੋਈ ਗੀਲਾ ਸ਼ਿਕਵਾ ਨਾ ਰੱਖੀ ਅੱਛਾ ਸਹੀ ਕਹਿ ਰਹੇ ਹੋ ਮੰਮੀ ਤੁਸੀਂ ਬਹੁਤ ਚੰਗੀ ਭਾਬੀ ਮਿਲੀ ਹੈ ਭਾਬੀ ਵੀ ਨਹੀਂ ਹੈਗੀ ਭੈਣਾਂ ਤੋਂ ਵੱਧ ਕੇ ਹੈ ਭਾਬੀਆਂ ਵੀ ਭੈਣਾਂ ਵਰਗੀਆਂ ਹੀ ਹੁੰਦੀਆਂ ਨੇ ਨਾਲੇ ਨੂੰਹਾਂ ਵੀ ਧੀਆਂ ਨਾਲੋਂ ਘੱਟ ਨਹੀਂ ਹੁੰਦੀਆਂ ਜੇ ਪਿਆਰ ਨਾਲ ਨੂੰਹ ਧੀ ਨੂੰ ਰੱਖੋ ਉਹ ਪੁੱਤ ਕੁਛ ਨਹੀਂ ਕਹਿੰਦੀਆਂ ਨਾ ਘਰ 'ਚ ਕਲੇਸ਼ ਹੋਵੇ ਭੋਰਾ ਵੀ ਅੱਛਾ ਇਸ ਕਰਕੇ ਬਿਨਾਂ ਗੱਲ ਤੋਂ ਨਫ਼ਰਤ ਨਹੀਂ ਹੋਣੀ ਚਾਹੀਦੀ ਘਰ 'ਚ ਫਿਰ ਕਲੇਸ਼ ਹੁੰਦਾ ਹੀ ਨਹੀਂ ਨਾਲੇ ਤਾਂ ਖੁਸ਼ ਰਿਹਾ ਕਰ ਤੰਦਰੁਸਤ ਬੱਚਾ ਪੈਦਾ ਕਰਨਾ ਮੈਨੂੰ ਤਾਂ ਪੁੱਤ ਤੁਸੀਂ ਦੋ ਇੱਕ ਸਾਰ ਹੋ ਦੋਨੇ ਲਾਡਲੀ ਹੋ ਤੁਸੀਂ ਤਾਂ ਮੈਨੂੰ